Sabalo. ਪੰਜਦਾਰ ਕਮੇਟੀ ਨੂੰ ਜਦਾ ਸਤੀਕ ਚਟਾ 1000 ਰੁਪਇਆ ਉਤਰ ਲਈ ਬਰਾਇਨ ਹੌਸਲ ਸ਼ੁਕਰੀਆ ਮਿਹਰਬਾਨੀ ਜੀ ਲਓ ਜੀ ਪਹਿਲੀ ਕਬੱਡੀ ਤਾਂ ਗਈ ਬੱਤਰਗੜੀਆ ਟੀਮ ਨੂੰ ਇੱਕ ਪਹਿਲਾ ਪੁਆਇੰਟ ਮਿਹਰਬਾਨੀ 1000 ਰੁਪਇਆ ਜਨਾਬ ਚਾਚਾ ਸਤੀਕ ਚਟਾ ਲਓ ਹਲਾਲ ਹੌਸਲ ਦੀ ਹਲਕਾ ਲਈ ਸ਼ੁਕਰੀਆ ਮਿਹਰਬਾਨੀ ਜੀ ਹਾਂ ਜੀ ਜੀ ਮਿਹਰਬਾਨੀ ਜਨਾਬ ਪੀਰ ਸੈਯਦ ਬੁਰੀਆ ਨੂੰ ਸਾਹਿਬ ਸਾਹਿਬ ਵੱਲੋਂ 2000 ਰੁਪਇਆ ਉਤਰ ਲਈ ਬਰਾਇਨ ਹੌਸਲ ਅਗਲੇ ਮੈਚ ਦੀ ਠੀਕ ਹੈ ਜੀ ਦੋਵੇਂ ਟੀਮਾਂ ਆ ਜਾਓ ਜਲਦੀ ਜਲਦੀ ਮੁਜ਼ੰਮਲ ਬੂਟਾ ਕੌਂਡੀ ਪਾ ਲੇਗਾ ਤਾੜੀ ਮਾਰੋ ਸਾਡੇ ਮੁਲਕ ਦਾ ਜੰਗੀ ਘੋੜਾ ਕਿਹਾ ਜਾਂਦਾ ਹੈ ਬਹੁਤ ਨਾਮਵਰ ਖਿਡਾਰੀ ਹੈ ਸਹੀ ਬਣਦੀ ਵੀ ਫਿਲਮ ਯਾਰ ਮੋਟਰਸਾਈਕਲ ਐਂਟਰੀ ਗੇਟ ਤੋਂ ਮੋਟਰਸਾਈਕਲ ਪਰਾਂ ਕਰ ਲਓ ਕਿਉਂਕਿ ਮਹਿਮਾਨ ਆਉਣ ਵਾਲੇ ਨੇ ਫਿਰ ਮੈਂ ਕਿਹਾ ਜੇ ਮੋਟਰਸਾਈਕਲ ਚੱਕ ਕੇ ਪਰਾਂ ਸਿਰ ਦੇੜੀਆਂ ਨੇ ਸਾਰੀਆਂ ਇਹ ਆ ਗਿਆ ਜੀ ਮਨਮਾ ਬੂਟਾ ਆਪਣਾ ਪੁਆਇੰਟ ਕਲੀਅਰ ਕੀਤਾ ਸ਼ੁਕਰੀਆ ਮਿਹਰਬਾਨੀ ਜਨਾਬ ਪੀਰ ਸੈਯਦ ਬੁਨਿਆਦ ਨੂੰ ਸਾਹਿਬ ਸਾਹਿਬ ਸਮਾਈ ਦੇ ਮਹਿਮਾਨ ਖੁਸ਼ੀ ਔਰ ਜਨਾਬ ਉਹ ਮਹਿਮਾਨ ਚਾਚਾ ਸਦੀਕ ਚੱਠਾ ਜੀ ਕਬੱਡੀ ਪਾ ਰਿਹਾ ਨੌਜਵਾਨ ਇਸ ਵੇਲੇ ਕਾਸ਼ੀ ਸੱਪ ਹਾਂ ਵੀ ਸੱਪਾ ਕਰਤਲ ਦੀ ਟੀਮ ਦਾ ਖਿਡਾਰੀ ਪਾਕਰ ਵੀ ਜਨਾਬ ਤਾਂ ਲੱਗੇ ਔਰ ਜਾਂਦਾ ਪੁਆਇੰਟ ਇਸ ਵੇਲੇ ਕਰਤਲ ਦੀ ਟੀਮ ਵਾਸਤੇ ਇੱਕ ਨੰਬਰ ਦਾ ਵਾਅਦਾ ਕੀਤਾ ਯਾਰ ਇਹ ਕਿੱਧਰ ਉਹ ਭਾਈ ਮੋਟਰਸਾਈਕਲ ਫੜਾ ਦੇ ਆ ਉੱਤੇ ਕਿੱਥੇ ਭਾਈ ਕਿੱਧਰ ਆ ਗਿਆ ਇਹ ਕਿਹੜਾ ਰਾਹ ਤੁਸੀਂ ਲੱਭ ਲਿਆ ਉਹ ਮੋਟਰਸਾਈਕਲ ਕਰਾਉਣੇ ਉਹ ਪਾਈ ਇੰਜ ਨਹੀਂ ਹੋਣੀ ਆ ਤੁਸੀਂ ਉੱਥੇ ਚੱਕ ਕੇ ਪਰਾਂ ਸਿੱਟੋ ਮੋਟਰਸਾਈਕਲ ਹਾਂ ਜੀ ਕਲੀਅਰ ਹੋਇਆ ਜੀ ਮਿਹਰਬਾਨੀ ਸ਼ੁਕਰੀਆ ਜੀ ਲਓ ਜੀ ਉਧਰਲੇ ਪਾਸੇ ਕਬੱਡੀ ਫਿਰ ਪੈ ਗਈ ਨੌਜਵਾਨ ਵੀ ਐਸਰੇ ਕਹਿੰਦੇ ਆਏ ਹਾਏ ਹਾਏ ਸਦਕੇ 10 ਮਿੰਟ ਦਾ ਇੱਕੋ ਹਾਫ ਹੈ ਦੋਵੇਂ ਟੀਮਾਂ ਸੁਣ ਲਓ ਇਹ ਖਿਡਾਰੀਆਂ ਦੇ ਪਿੱਛੇ ਜਿਹੜੀ ਆਵਾਮ ਵਿੱਚ ਵੜ ਰਹੀ ਹੈ ਨਾ ਮਿਹਰਬਾਨੀ ਕਰਕੇ ਪਰੇ ਰਵੋ ਤੇ ਟੀਮ ਨਹੀਂ ਆਈ 6 ਮਿੰਟ ਰਹਿ ਗਏ ਨੇ ਸਿਰਫ ਇਹ ਮੈਚ ਮੁੱਕਣੇ 6 ਮਿੰਟ ਰਹਿ ਗਏ ਨੇ ਟੀਮਾਂ ਦੋਵੇਂ ਨਹੀਂ ਆਈਆਂ ਹਜੇ ਮੁਜ਼ੰਮਲ ਬੂਟਾ ਆਪਣਾ ਪੁਆਇੰਟ ਕਲੀਅਰ ਕੀਤਾ ਜੀ ਜਿਹੜੀ ਟੀਮ ਨੂੰ ਇੱਕ ਅੱਧਾ ਜੱਫਾ ਹੋ ਗਿਆ ਜੀ ਮੁਜ਼ੰਮਲ ਇੱਧਰ ਆਈ ਮੁਜ਼ੰਮਲ ਇੱਕ ਮਿੰਟ ਇੱਧਰ ਆਉਣਾ ਜੀ ਆਪ ਆ ਜਾ ਆ ਜਾ ਮੱਠਾ ਜੀ ਆ ਜਾ ਕੋਈ ਗੱਲ ਨਹੀਂ ਆ ਜਾਓ ਵੱਡਾ ਖਿਡਾਰੀ ਹੈ ਜੀ ਮੁਜ਼ੰਮਲ ਉਹਨਾਂ ਦੇ ਵਾਸਤੇ 100 ਰੁਪਇਆ ਜਨਾਬ ਬਾਬਾ ਜੀ ਪੀਰ ਸੈਯਦ ਬੁਨਿਆਦ ਹੁਸੈਨ ਸ਼ਾਹ ਸਾਹਿਬ ਵੱਲੋਂ 100 ਰੁਪਇਆ ਦਾ ਮਾਨ ਸਨਮਾਨ ਹੈ ਹਾਂਜੀ ਕੀ ਹੋਇਆ ਜੀ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਕਲੀਅਰ ਹੋਇਆ ਜੀ ਪੁਆਇੰਟ ਇਹ ਵੀ ਮਿਲਿਆ ਕਰਤਲ ਦੀ ਟੀਮ ਨੂੰ ਕਰਤਲ ਵਰਸਸ ਬਾਤਰਗੜੀਆ ਦੇਖਾਂਗੇ ਟੀਮ ਕਿਹੜੀ ਅੱਗੇ ਜਾਂਦੀ ਹੈ ਕੀ ਬਣਦਾ ਹੈ ਆਏ ਹਾਏ ਲਓ ਜੀ ਆਓ ਵਿਕਾਸ ਬੂਟਾ ਦੋਵੇਂ ਬਾਬਾ ਜੀ ਸੱਕੇ ਵੀਰ ਨੇ ਆ ਛੋਟਾ ਉਹ ਵੱਡਾ ਜਿਹੜਾ ਭਾਈ ਓਏ ਹੋਏ ਹੋਏ ਪੁਆਇੰਟ ਜਾਪੀ ਦਾ ਜੀ ਵਾਹ 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 ਸਦਕੇ ਪੁਆਇੰਟ ਹੋਇਆ ਜੀ ਕਰਤਲ ਦਾ ਬਾਹਰ ਕਰ ਦਿੱਤਾ ਹੈ ਬਹੁਤ ਅੱਛੇ ਜੀ ਇੱਧਰ ਆ ਜਾ ਯਾਰ ਪਹਿਲੋ ਦਰਦਾਰ ਪਹਿਲੋ ਪਿੱਛੇ ਹੋ ਕੇ ਮੈਚ ਹਾਂ ਜੀ ਆ ਜਾਪੀ ਇੱਧਰ ਆਏ ਭਾਈ ਯਾਰ ਆ ਬੰਦੇ ਆ ਪੁਲਿਸ ਵਾਲੇ ਕਿੱਥੇ ਨੇ ਦੋਸਤ ਭਾਈ ਜਾਨ ਇਹ ਡੰਡੇ ਮਾਰ ਕੇ ਰਕਸ਼ੇ ਤੋਂ ਲਾਇਆ ਜੇ ਬੰਦੇ ਰਕਸ਼ੇ ਦੇ ਉੱਤੋਂ ਰਕਸ਼ੇ ਦੇ ਉੱਤੋਂ ਰਕਸ਼ਾ ਚੱਕਿਆ ਜਾਣਾ ਲਾਓ ਇਹਨਾਂ ਨੂੰ ਇਹ ਸਪੀਕਰ ਦੇ ਫੜੇ ਨੇ ਯਾਰ ਇਹਨਾਂ ਲਾ ਲਿਓ ਹਾਂਜੀ ਕਬੱਡੀ ਇਧਰਲੇ ਪਾਸੇ ਫਿਰ ਮੁਜ਼ੰਮਲ ਬੂਟਾ ਜੀ ਹਾਂਜੀ ਜਮਸ਼ੇਦ ਇੱਕ ਬਨੇ ਬੜੀਆਂ ਸੋਹਣੀ ਲਓ ਕਹਿੰਦੇ ਲੱਤ ਇਕੱਠੀ ਕਰਦੀ ਪਰ ਆਓ ਜਾਂਦਾ ਵੇਖਾਂਗੇ ਹਜੇ ਨਹੀਂ ਭਾਈ ਬੁੱਟ ਫੜਿਆ ਗਿਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਂ ਬਾਹਰ ਸਿੱਟਣ ਦੀ ਕੋਸ਼ਿਸ਼ ਕਰਾਂ ਹਾਂਜੀ ਕੀ ਬਣਿਆ ਜੀ ਪੁਆਇੰਟ ਕਬੱਟਰ ਦਾ ਜੀ ਪੁਆਇੰਟ ਕਬੱਟਰ ਪੁਆਇੰਟ ਕਬੱਟਰ ਜੀ ਪਰ ਇਹ ਕਾਸ਼ੀ ਸੱਪ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਇਹ ਦੇਖਣਾ ਪੈਣਾ ਕਿ ਪੁਆਇੰਟ ਕਿਹਦਾ ਹੋਵੇਗਾ ਜੀ ਪੁਆਇੰਟ ਜਾਪੀ ਦਾ ਜੀ ਪੁਆਇੰਟ ਜਾਪੀ ਦਾ ਜੀ ਹਾਂ ਜੀ ਪੁਆਇੰਟ ਜਾਪੀ ਉਹ ਯਾਰ ਆਪਣੀ ਉੱਤੋਂ ਚੜੇ ਨੇ ਦੋਵੇਂ ਹੀ ਹਾਂਜੀ ਵਿਕਾਸ ਬੂਟਾ ਦੇਖਣਾ ਪੈਣਾ ਬਣੇਗਾ ਕਿ ਇਹ ਹੋ ਗਿਆ ਜੀ ਲਜਾਂਦਾ ਪੁਆਇੰਟ ਬੱਤਲਗੜੀਆ ਦੀ ਟੀਮ ਵਾਸਤੇ ਕਿ ਨੰਬਰ ਵੱਧ ਫੜ ਕੇ ਜਾਂ ਪੁਆਇੰਟ ਦੱਸਿਆ ਜੇ ਸੱਤ ਛੇ ਬੱਤਲਗੜੀਆ ਛੇ ਬੱਤਲਗੜੀਆ ਦੇ ਸੱਤ ਉਹਨਾਂ ਨੇ ਅੱਠ ਕਰ ਦਿਓ ਜੀ ਉਹਨਾਂ ਨੇ ਕਰ ਦਿਓ ਅੱਠ ਕਰਤਲ ਦੇ ਅੱਠ ਤੇ ਛੇ
7-7 ਬਰਾਬਰ ਔਨ ਲੈਵਲ ਹੈ ਪਾਣੀ ਮਾਰੋ ਬਰਾਬਰ ਹੋ ਜੇ 7-7 ਹਾਏ ਹਾਏ ਕੀ ਬਾਤ ਹੈ ਮੁਜ਼ੰਮਲ ਪੂਪਾ ਚੰਗੀ ਘੋੜਾ ਜੀ ਪਿਛਲਾ ਬੜਾ ਤਕੜਾ ਜੱਪਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਮੁੰਡੇ ਨੇ ਪਰ ਬਾਹਰ ਸੇ ਦਿੱਤਾ ਗਿਆ ਹੁਣ ਦੇਖਾਂਗੇ ਮੁਜ਼ੰਮਲ ਪੂਪਾ ਜੀ ਇਸ ਲਈ ਪੂਰੀ ਚੜਾਈ ਦੇ ਉੱਪਰ ਲਓ ਸਾਹਮਣੇ ਆਓ ਦੇਖਣਾ ਪੁਆਇੰਟ ਕਮੈਂਟਰ ਦਾ ਕਿਉਂਕਿ ਜਾਪੀ ਬਾਹਰ ਹੋ ਗਿਆ ਪੁਆਇੰਟ 8ਵਾਂ ਪੁਆਇੰਟ ਇਹ ਬਾਟਰ ਗੜੀ ਦੀ ਟੀਮ ਨੂੰ ਮਿਲਿਆ 8 ਔਰ 7 ਦਾ ਚੱਲਦਾ ਮੁਕਾਬਲਾ ਮੀਡੀਆ ਦੇ ਜਿੰਨੇ ਦੋਸਤ ਸਾਡੇ ਅਸੀਂ ਸਭ ਨੂੰ ਜੀਆਂ ਨੂੰ ਖੁਸ਼ ਆਮਦੀ ਮੁਜ਼ੰਮਲ ਜੀ ਆਪਣਾ ਆਰਾਮ ਲੈ ਲਓ ਅਗਲੀਆਂ ਟੀਮਾਂ ਨਹੀਂ ਆਈਆਂ ਤੁਮਾਂ ਨੂੰ ਮੈਂ ਸਕ੍ਰੈਚ ਨਹੀਂ ਕਰਦਾ ਸਾਧ ਲਈ ਹੈ ਚਲੋ ਠੀਕ ਹੈ ਸਾਧ ਲਈ ਦੇ ਮੇਰੇ ਭਾਈ ਤੁਸੀਂ ਤੇ ਸਭ ਦੀ ਬੜੇ ਅੱਜ ਹੋਏ ਹੋ ਨਹੀਂ ਦੋ ਇਹ ਆਹ ਦੇਖਣਾ ਹਰੇ ਨਹੀਂ ਭਾਈ ਆਏ ਹਾਏ 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 ਆਹ ਲੈ ਗਿਆ ਕਿੰਨੇ ਜੀ 8 ਇਧਰ ਵੀ ਦੇਖਣਾ ਪੈਣਾ ਮੁਜ਼ੰਮਲ ਬੂਟਾ ਭਰੋਕੀ ਵਾਲਾ ਮਹਿਮੂਦ ਉਹਨਾਂ ਦੇ ਘਰ ਤੋਂ ਫੌਤਗੀ ਹੋਈ ਹੈ ਜੀ ਪਹੁੰਚੇ ਹੋ ਮਿਹਰਬਾਨੀ ਕਰਕੇ ਭਰੋਕੀ ਵਾਲਾ ਮਹਿਮੂਦ ਮਿਹਰਬਾਨੀ ਕਰਕੇ ਲਓ ਜੀ ਮੁਜ਼ੰਮਲ ਬੂਟਾ ਪੁਆਇੰਟ ਕਲੀਅਰ ਕੀਤਾ ਆਪਣੀ ਟੀਮ ਦੇ ਹਿੱਸੇ ਬਹਾਦਰ ਗੜੀਆਂ ਦੀ ਟੀਮ ਇੱਕ ਪੁਆਇੰਟ ਦਾ ਹੋਰ ਵਾਧਾ ਕੀਤਾ ਹਾਂਜੀ ਇੱਧਰ ਦੇਖਣਾ ਬਾਈ ਇਹ ਆ ਵੇਖ ਬਾਈ ਸੋਹਣਿਆ ਕੋਸ਼ਿਸ਼ ਤੇ ਚੱਲ ਰਹੀ ਪਰ ਹਜੇ ਨਹੀਂ ਹਜੇ ਕੱਚਾ ਜੱਪਾ ਪੱਕਾ ਨਹੀਂ ਹੋਇਆ ਮੁੰਡਾ ਨਿਕਲ ਗਿਆ ਆਏ ਹਾਂ ਤਾੜੀ ਤਾੜੀ ਮਾਰਦੇ ਯਾਰ ਤਾੜੀ ਕੱਪਲ ਦੀ ਟੀਮ ਵਾਸਤੇ ਇੱਕ ਨੰਬਰ ਹੋਰ ਜੀ ਬਹੁਤ ਖੂਬਸੂਰਤ ਕਬੱਡੀਆਂ ਅੱਜ ਚੱਲ ਰਹੀਆਂ ਨੇ ਬੜੇ ਤਗੜੇ ਮੈਚ ਔਰ ਇਧਰਲੇ ਪਾਸੇ ਦੇਖਣਾ ਸੱਦਰ ਵਾਲੀ ਟੀਮ ਯਾਰ ਹਜੇ ਆਈ ਕਿ ਨਹੀਂ ਲਓ ਜੀ ਸੱਦਰ ਵਾਲੀ ਟੀਮ ਹਜੇ ਤੱਕ ਨਹੀਂ ਆਈ ਚਾਨਣ ਮੈਥੋਂ ਰੱਦ ਨਹੀਂ ਹੁੰਦਾ ਦੀਵਾ ਚੰਨ ਤੋਂ ਵੱਧ ਨਹੀਂ ਹੁੰਦਾ ਜਿੱਡਾ ਸੋਹਣਾ ਹੋਵੇ ਦੂਜਾ ਆਪਣੇ ਯਾਰ ਤੋਂ ਵੱਧ ਨਹੀਂ ਹੁੰਦਾ ਮੈਂ ਵੀ ਯਾਰ ਗਵਾਚਾ ਰਹਿੰਦਾ ਮੇਰੇ ਕੋਲ ਤੋਂ ਜੱਦ ਨਹੀਂ ਹੁੰਦਾ ਧੁੱਪਾਂ ਨੂੰ ਪਗਲਾ ਛੜਿਆ ਤੇਰਾ ਸਾਇਆ ਕਦ ਨਹੀਂ ਹੁੰਦਾ ਯਾਰ ਦੀ ਗੈਰਤ ਨੂੰ ਨਲਕਾਰੇ ਵੱਧ ਵੀ ਏਡਾ ਵੱਧ ਨਹੀਂ ਹੁੰਦਾ ਤੇਰੀ ਕਾਮਤ ਕਿਹੜਾ ਦੱਸੇ ਖੁਸ਼ਬੂਆਂ ਦਾ ਕਾਦਰੀ ਹੁੰਦਾ ਹੁਸਨ ਜਹਾਨ ਦਾ ਕੱਠਾ ਕਰੀਏ ਤੇਰੇ ਹੁਸਨ ਦਾ ਆਦਰੀ ਹੁੰਦਾ ਯਾਰ ਦਾ ਸ਼ਿਕਵਾ ਰੱਬ ਦਾ ਸ਼ਿਕਵਾ ਸਾਕੀ ਦੋਏ ਕਾਦਰੀ ਹੁੰਦਾ ਕਬੱਡੀ ਪਾਇਗਮ ਨੰਬਰ ਬੂਟਾ ਪੁਆਇੰਟ ਕੀ ਨੇ ਜੀ ਪੁਆਇੰਟ ਫੌਜੀ ਸਾਹਿਬ ਦੱਸਿਆ ਜੀ ਦਸ ਯਾਰਾਂ ਦਸ ਬਾਰਾਂ ਤੇਰਾਂ ਹੋ ਗਿਆ ਜੀ ਜਿਹੜੀ ਟੀਮ ਆਈ ਉਹਨੂੰ ਜਿਤਾ ਦਿਆਂਗੇ ਜਿਹੜੀ ਟੀਮ ਨਾ ਆਈ ਉਹਨੂੰ ਸਕ੍ਰੈਚ ਕਰ ਦਿਆਂਗੇ ਇਹ ਪੂਰਾ ਆਪਣਾ ਗੱਲ ਹੋ ਗਈ ਹੈ ਜਿਹੜੀ ਟੀਮ ਆਈ ਉਹਨੂੰ ਰੱਖ ਲਿਆ ਜਾਏਗਾ ਅੱਛਾ ਇੱਕ ਆਫ ਹੋਣਾ ਫਿਰ ਤੇ ਉਹਨਾਂ ਨੂੰ ਆਉਣਾ ਚਾਹੀਦਾ ਉਹ ਟੀਮ ਆ ਗਈ ਅੱਛਾ ਜੀ ਨੜਿਆਂ ਦੀ ਟੀਮ ਨੂੰ ਲੰਘਾਓ ਉੱਥੋਂ ਦੀ ਲੰਘਾਓ ਭੋਲਾ ਜੀ ਅੱਗੇ ਹੋ ਨੜਿਆਂ ਦੀ ਟੀਮ ਆ ਗਈ ਜੇ ਇੱਕ ਮਿੰਟ ਬਾਅਦ ਦੂਸਰੀ ਟੀਮ ਨਾ ਆਈ ਤੇ ਜਨਾਬ ਇਹਨਾਂ ਨੂੰ ਵਿਨਰ ਕਰਾਰ ਦਿੱਤਾ ਜਾਵੇਗਾ ਫਿਰ ਮੈਂ ਗਿਆ ਜੀ ਹਾਂਜੀ ਵਿਕਾਸ ਬੂਟਾ ਆਏ ਹਾਏ ਹਾਏ ਵਾਹ ਸਦਕੇ ਜਾਈਏ ਸ਼ਲਾਲਿਆ ਇਹ ਬੱਲੇ ਦਾ ਬੱਲਾ ਨਾ ਹੋਵੇ ਮੱਥੇ ਥੋੜ੍ਹੀ ਜ਼ਰੂਰ ਹੁੰਦੀ ਹੈ ਮੁੰਡਾ ਲੈ ਗਿਆ ਜੀ ਬਹਾਦਰ ਗੱਡੀਆਂ ਵਾਸਤੇ ਇੱਕ ਨੰਬਰ ਦਾ ਵਾਅਦਾ ਕੀਤਾ ਹਾਂਜੀ ਕੀ ਹੋਇਆ ਜੀ ਕਾਇਮ ਕਿੰਨਾ ਜੀ ਸੱਦਰ ਵਾਲੇ ਦੀ ਟੀਮ ਜੇ ਨਾ ਆਈ ਤੇ ਦੱਸ ਦਿਓ ਜੋ ਕਰਨਾ ਅੱਛਾ ਇੱਕ ਮਿੰਟ ਦਾ ਦੋ ਮਿੰਟ ਦਾ ਠੀਕ ਹੈ ਜੀ ਦੋ ਮਿੰਟ ਦਾ ਲਓ ਜੀ ਟੀਮ ਆ ਗਈ ਨੜਿਆਂ ਵਾਲੀ ਇਹ ਇੱਧਰ ਦੇਖਣਾ ਪੈਣਾ ਜੀ ਕਾਸ਼ੀ ਸੱਪ ਉਹ ਤੇਰੇ ਸਰ ਗਿਆ ਉਹ ਨਾ ਕਿਸੇ ਤੇ ਆਈ ਟਰੱਕ ਤੋਂ ਪਠਾਨ ਬਿਸਤਰਾ ਸਿਰ ਨਹੀਂ ਲੈਂਦਾ ਚੋਰੀ ਤਾਰ ਚੱਠਾ ਸਾਹਿਬ ਮਿਹਰਬਾਨੀ ਕਰਕੇ ਚੋਰੀ ਅਮਜਤਪਾਲ ਚੱਠਾ ਸਾਹਿਬ ਵਾਲੇ ਡੇਰੇ ਤੇ ਪਹੁੰਚੋ ਜੀ ਚੋਰੀ ਤਾਰ ਚੱਠਾ ਸਾਹਿਬ ਮਿਹਰਬਾਨੀ ਕਰਕੇ ਅਮਜਤਪਾਲ ਚੱਠਾ ਸਾਹਿਬ ਵਾਲੇ ਡੇਰੇ ਉਹ ਗਿਆ ਜੀ ਹਾਂਜੀ ਪੁਆਇੰਟ ਜਾਪੀ ਦਾ ਜੀ ਤੇ ਟਾਈਮ ਜੀ ਬਸ ਜੀ